ਹਾਲੇਲੂਯਾ ਮਦਰ ਔਰ ਫਾਦਰ ਨੂੰ ਜੈਮ ਸੀ, ਸਾਰੀ ਕਲੀਸੀਆ ਨੂੰ ਜੈਮ ਸੀ। ਇਹਨਾਂ ਦੇ ਫੇਫੜੇ ਚ ਪਾਣੀ ਹੈਗਾ ਸੀ, ਇਹਨਾਂ ਦੇ ਪੇਟ ਵਿਚ ਪਾਣੀ ਸੀ, ਲਿਵਰ ਖਰਾਬ ਸੀ, ਇਹਨਾਂ ਦੇ ਅੱਖਾਂ ਚ ਕਾਲਾ ਪੀ ਲਿਆ ਸੀ। ਅਸੀਂ ਪ੍ਰਭੂ ਜਸੂ ਕੋਲ ਚੰਗੇ ਹੋਏ, ਪ੍ਰਭੂ ਜਸੂ ਕੋਲ ਅਸੀਂ ਮੇਰੇ ਨਾਨ ਨੇ ਲਿਆਂਦਾ, ਅਸੀਂ ਠੀਕ ਹੋਏ ਪ੍ਰਭੂ ਜਸੂ ਦਾ। ਹਾਲੇਲੂਯਾ ਹਾਲੇਲੂਯਾ ਬੜੀ ਜ਼ੋਰਦਾਰ ਯਿਸੂ ਦੀ ਤਾੜੀ ਦੋ। ਇਹਨਾਂ ਦੇ ਪੇਟਾਂ ਦੇ ਵਿੱਚ ਪਾਣੀ ਭਰਿਆ ਹੋਇਆ ਸੀਗਾ ਔਰ ਕਾਲਾ ਪੀ ਲਿਆ ਸੀ। ਔਰ ਜਦੋਂ ਇਹਨਾਂ ਦੀ ਨਨਾਨ ਇੱਥੇ ਆਉਂਦੀ ਸੀ, ਪਤਾ ਨਹੀਂ ਅੱਜ ਆਏ ਨਹੀਂ ਜਾਂ ਨਹੀਂ ਆਏ, ਇਹਨਾਂ ਦਾ ਪਿੰਡ ਮਿਆਨੀ ਹੈ, ਸ਼ਨੀਵਾਰ ਕਈਆਂ ਨੇ ਦੇਖਿਆ ਸੀ ਜਦੋਂ ਆਏ ਸੀ ਪੇਟ ਕਿੰਨਾ ਫੁੱਲਿਆ ਹੋਇਆ ਸੀ, ਦੇਖਿਆ ਸੀ ਨਾ ਕਿਸੇ ਨੇ, ਪਾਣੀ ਭਰਿਆ ਹੋਇਆ ਸੀਗਾ ਔਰ ਪੇਟ ਬਿਲਕੁਲ ਬਾਹਰ ਸੀਗਾ। ਔਰ ਇਹ ਰੋ ਰਹੇ ਸੀ ਉਦੋਂ ਵੀ, ਇਹ ਵੀ ਰੋ ਰਹੇ ਸੀ। ਔਰ ਬਿਲੀਵ ਕਰੋ ਇਹ ਵਿਸ਼ਵਾਸ ਦੇ ਨਾਲ ਮੈਂ ਵੀ ਸ਼ਾਇਦ ਇੱਕ ਮਹੀਨਾ ਹੋ ਗਿਆ ਜਾਂ ਦੋ ਮਹੀਨੇ ਹੋ ਗਏ ਨੇ, ਆ ਤੀਸਰਾ ਮਹੀਨਾ ਇਹਨਾਂ ਨੂੰ ਸ਼ੁਰੂ ਹੋ ਗਿਆ ਆ ਚਰਚ ਦੇ ਨਾਲ ਜੁੜਿਆਂ ਨੂੰ, ਪ੍ਰਭੂ ਦੇ ਨਾਲ ਜੁੜਿਆਂ ਨੂੰ। ਔਰ ਪ੍ਰਾਰਥਨਾ ਕਰਵਾਈ, ਅੱਜ ਦੇਖੋ ਪੇਟ ਜਿਹੜਾ ਆ ਬਿਲਕੁਲ ਕਲੀਅਰ ਹੋ ਚੁੱਕਿਆ। ਕਲੀਅਰ ਇਨ ਦਾ ਸੈਂਸ ਕਿ ਯੂ ਨੋ ਮੈਨੂੰ ਪਤਾ ਕਿ ਕਿੰਨਾ ਜ਼ਿਆਦਾ ਬਾਹਰ ਸੀਗਾ, ਲੈ ਕੇ ਪ੍ਰੈਗਨੈਂਟ ਲੇਡੀ ਸੀਗਾ, ਠੀਕ ਹੈ, ਲੇਕਿਨ ਅੱਜ ਪ੍ਰਭੂ ਦੀ ਦਇਆ ਦੇ ਨਾਲ ਬਿਲਕੁਲ ਯੂ ਨੋ ਨੀਚੇ ਜਾ ਚੁੱਕਿਆ ਹੈ। ਔਰ ਕੀ ਨਾਮ ਕਰਨਾ ਇਹਨਾਂ ਦਾ? ਨਾਮ ਮਹਿੰਦਰ ਸਿੰਘ। ਮਹਿੰਦਰ ਸਿੰਘ, ਮੈਂ ਤੈਨੂੰ ਕਹਿਣਾ ਚਾਹੁੰਦਾ ਵਾਂ ਪ੍ਰਭੂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਭੁੱਲਣਾ ਨਹੀਂ ਹੈ, ਠੀਕ ਹੈ, ਠੀਕ ਹੈ ਭੈਣ ਜੀ। ਔਰ ਸਾਰੇ ਇਹਨਾਂ ਦੇ ਲਈ ਪ੍ਰਾਰਥਨਾ ਕਰਦੇ ਰਹਿਣਾ, ਪ੍ਰਭੂ ਇਹਨਾਂ ਨੂੰ ਕੰਪਲੀਟ ਜਿਹੜੀ ਹੈ ਚੰਗਿਆਈ ਦੇਵੇ। ਗੋਡ ਬਲੈਸ ਯੂ।